ਗੁਰਬਖਸ਼ ਸਿੰਘ ਦੀ ਕਹਾਣੀ ਵੀਨਾ ਵਿਨੋਦ ਲਾਹੌਰ ਦੇ ਰੇਲਵੇ ਸਟੇਸ਼ਨ ਉੱਤੇ ਦੂਜੇ ਦਰਜੇ ਦੇ ਮੁਸਾਫਰ ਕਮਰੇ ਦੇ ਸਾਹਮਣੇ ਕਈ ਇਸਤਰੀਆਂ ਹੱਥਾਂ 'ਚ ਫੁੱਲਾਂ ਦੇ ਸੇਰੇ ਫੜੀ ਖੜੋਤੀਆਂ ਹਨ ਇੱਕ ਪਾਸੇ ਮਰਦਾਂ ਦੀ ਢੇੜ ਵੀ ਹੈ ਸੇਰੇ ਦਾ ਮਤਲਬ ਹਾਰ ਪਹਿਰਾਵੇ ਤੋਂ ਉੱਚੇ-ਚੇ ਤਬਕੇ ਦੀਆਂ ਇਸਤਰੀਆਂ ਕਿਸੇ ਚਿਰੀ ਵਿਛੁੰਨੇ ਅਜੀਜ਼ ਦੇ ਸਵਾਗਤ ਲਈ ਆਈਆਂ ਹਨ ਦੋ-ਦੋ ਤਿੰਨ-ਤਿੰਨ ਜਣੀਆਂ ਆਪੋ ਆਪਣੇ ਚਾਹ ਵਿੱਚ ਖੜੋਤੀਆਂ ਗੱਲਾਂ ਕਰ ਰਹੀਆਂ ਹਨ ਇੱਕ ਸਿਆਣੀ ਉਮਰ ਦੀ ਇਸਤਰੀ ਨੇ ਆਪਣੇ ਸਾਥਨ ਨੂੰ ਜ਼ਰਾ ਪਰਾਂ ਲੈ ਜਾ ਕੇ ਹੌਲੀ ਦਿੱਤੀ ਆਖਿਆ ਮੈਂ ਚੰਦੀ ਸਾਂ ਵੀਣਾ ਨਾ ਹੀ ਆਉਂਦੀ ਉਹਨੂੰ ਆਖਦਾ ਕੌਣ ਉਹਦੀ ਮਾਂ ਨੂੰ ਹੀ ਚਾਹੀਦਾ ਸੀ ਰੋਕ ਦਿੰਦੀ ਗੱਲ ਤੇ ਕੋਈ ਨਹੀਂ ਸੀ ਪਰ ਤੂੰ ਜਾਣਨੀ ਹੈ ਮੈਂ ਵਿਨੋਦ ਦਾ ਵਿਆਹ ਵੀ ਰਚਾਇਆ ਹੋਇਆ ਹੈ ਵਿਨੋਦ ਦੇ ਆਉਣ ਨੂੰ ਹੀ ਉਡੀਕ ਰਹੇ ਸਾਂ ਇਹਨਾਂ ਦੋਹਾਂ ਇਸਤਰੀਆਂ ਨੇ احتیاط ਨੇ ਬੜੀ ਕੀਤੀ ਸੀ ਕਿ ਕਿਸੇ ਕੰਨਵਾਜ ਨਾ ਪੈਂਦੀ ਪਰ ਇੱਕ ਹੋਰ ਉਹਨਾਂ ਜੇਢੀ ਸਿਆਣੀ ਇਸਤਰੀ ਦੇ ਕੰਨ ਉਨਾਂ ਵਾਲੀ ਲੱਗੇ ਹੋਏ ਸਨ ਉਹ ਮਲਕੜੇ ਉੱਥੋਂ ਤੁਰ ਕੇ ਪਰਲੇ ਸਿਰੇ ਤੇ ਖੜੋਤੀ ਇੱਕ ਜਵਾਨ ਕੁੜੀ ਕੋਲ ਚਲੀ ਗਈ ਤੇ ਉਹਨੂੰ ਨਵੇਕਲੇ ਬੈਂਚ ਤੇ ਲਾ ਜਾ ਕੇ ਕਹਿਣ ਲੱਗੀ ਵੇਣਾ ਧੀਏ ਤੂੰ ਇਹ ਸੇਰਾ ਮੈਨੂੰ ਦੇ ਦੇ ਕਿਉਂ ਮਾਂ ਜੀ ਵਿਨੋਦ ਵੀਰਾ ਕੀ ਆਖੇਗਾ ਮੈਂ ਉਹਦੇ ਲਈ ਸੇਰਾ ਵੀ ਨਾ ਲਿਆ ਸਕੀ ਨਹੀਂ ਵੇਣਾ ਬਹੁਤਾ ਪੁੱਛ ਨਾ ਮੈਂ ਵਿਨੋਦ ਦੀ ਮਾਂ ਦੇ ਮੂੰਹੋਂ ਕੁਝ ਸੁਣ ਕੇ ਆਈਆਂ ਜਿਹੜਾ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦੀ ਪਰ ਤੂੰ ਆਪਣਾ ਸੇਰਾ ਮੈਨੂੰ ਦੇ ਦੇ ਵੀਨਾ ਦਾ ਦਿਲ ਮੰਨਿਆ ਤੇ ਨਾ ਪਰ ਉਸੇ ਘੜੀ ਉਹਦਾ ਧਿਆਨ ਆਪਣੇ ਸਾਦੇ ਵੇਸ ਵੱਲ ਪਿਆ ਹੋਰ ਨਾ ਇਸਤਰੀਆਂ ਨੇ ਵਧੀਆ ਸਾੜੀਆਂ ਪਹਿਨੀਆਂ ਸਨ ਪਰ ਵੀਨਾ ਦੇ ਦਿਵਾਲੇ ਸਧਾਰਨ ਜਿਹਾ ਸੂਟ ਤੇ ਉਸ ਉੱਤੇ ਚਿੱਟਾ ਹੀ ਦੁਪੱਟਾ ਸੀ ਤੇ ਜੇ ਵੀਨਾ ਦੇ ਹੱਥ ਸੇਰਾ ਨਾ ਫੜਿਆ ਹੁੰਦਾ ਤਾਂ ਉਸ ਉਸ ਸਜੀਲੀ ਭੇੜ ਵਿੱਚੋਂ ਸਮਝੀ ਨਾ ਜਾ ਸਕਦੀ ਭਾਵੇਂ ਉਹਦੀਆਂ ਅੱਖਾਂ 'ਚ ਖਾਸ ਗੰਭੀਰਤਾ ਤੇ ਚਿਹਰੇ ਉੱਤੇ ਕੋਈ ਨਿਰਾਲਾ ਵਧੀਆਪਨ ਸੀ ਤਾਂ ਵੀ ਉਸ ਵੇਲੇ ਦੇ ਸਵਾਗਤ ਦਾ ਚਿੰਨ ਸਜਾਵਟੀ ਦਿਸਦਾ ਸੀ ਵੀਣਾ ਨੇ ਸੇਰਾ ਮਾਂ ਨੂੰ ਫੜਾ ਦਿੱਤਾ ਘੰਟੀ ਵੱਜ ਗਈ ਲੋਕਾਂ ਵਧ ਕੇ ਆਉਂਦੀ ਗੱਡੀ ਵੱਲ ਵੇਖਣ ਲੱਗ ਪਏ ਕੁਲੀਆਂ ਨੇ ਭਾਰ ਸਿਰਾਂ ਤੇ ਚੁੱਕ ਲਈ ਔਰਤਾਂ ਨੇ ਸੇਰੇ ਬਾਹਮਾ ਹਉਤੇ ਸਿੱਧੇ ਕਰ ਲਏ ਵੀਣਾ ਦੇ ਹੱਥ ਖਾਲੀ ਸਨ ਕਿਸੇ ਔਰਤ ਨੂੰ ਵੇਖ ਕੇ ਦੂਜੀ ਦਾ ਧਿਆਨ ਦੁਆਇਆ ਘਰੋਂ ਤੇ ਵੀਣਾ ਬੜਾ ਸੋਹਣਾ ਸੇਰਾ ਲਿਆਈ ਸੀ ਕਹਿੰਦੀ ਸੀ ਉਸ ਆਪ ਗੁੰਦਿਆ ਉਹਦੀ ਮਾਂ ਉਸ ਕੋਲੋਂ ਲੈ ਗਈ ਏ ਵਿਨੋਦ ਦੀ ਮਾਂ ਦੀ ਤਿਉੜੀ ਉਹਦੀ ਨਜ਼ਰੀ ਪੈ ਗਈ ਹੋएगी ਉਹ ਜਿੱਤੇ ਵਿਨੋਦ ਦੀ ਮਾਂ ਵੀਨਾ ਤੋਂ ਜਾਣਦੀ ਏ ਪਰ ਸ਼ਾਇਦ ਵਿਧਵਾ ਦੇ ਹੱਥੋਂ ਸੇਰਾ ਪੈਣ ਨੂੰ ਬਦਸ਼ਗਨੀ ਸਮਝਦੀ ਹੋਏਗੀ ਇੰਨੇ ਨੂੰ ਗੱਡੀ ਫਫ ਫਫ ਕਰਦੀ ਆ ਪਹੁੰਚੀ ਬਾਰੀਆਂ ਵਿੱਚੋਂਨੇ ਕਾਂਸ ਸਧਰਾਏ ਮੂੰਹ ਬਾਹਰ ਨਿਕਲੇ ਹੋਏ ਸਨ ਆਪੋ ਆਪਣੇ ਪਿਆਰਿਆਂ ਨੂੰ ਪਛਾਣ ਕੇ ਪਲੇਟਫਾਰਮ ਉੱਤੇ ਖਲੋਤੇ ਬਾਹਾਂ ਹਿਲਾ ਰਹੇ ਸਨ ਉਹ ਵੀਰਾ ਜੀ ਉਹ ਮੇਰਾ ਵਿਨੋਦ ਜਿੰਨੇ ਜਿੰਨੇ ਕਿਸੇ ਦੀ ਤੰਗ ਉਹਨੇ ਆਪ ਮੁਹਾਰੇ ਉਹਦੀ ਪ੍ਰਗਟਤਾ ਸਾਰੀਆਂ ਏ ਸਤਰੀਆਂ ਤੇ ਮਰਦ ਇੱਕ ਡੱਬੇ ਅੱਗੇ ਜਾ ਖਲੋਤੇ। ਕਿ ਰਾਜਾ ਬਣ ਗਿਆ, ਲੰਮਾ ਛੰਮਾ ਸੋਹਣਾ ਹੱਸਦਾ ਖੜਿਆ। ਹਰ ਕਿਸੇ ਨਾਲ ਬੋਲਣ ਤੇ ਮਿਲਣ ਲਈ ਉਹ ਤਾਬਲਾ ਵਿਨੋਦ ਵਿਚਕਾਰ ਖਲੋਤਾ। ਇੱਕ ਦੇ ਗਲੋਂ ਹਟ ਦੂਜੇ ਦੇ ਗਲ ਲੱਗਦਾ ਸੀ। ਮਾਵਾ ਮਾਸੀਆਂ ਚਾਚੀਆਂ ਨੇ ਸਿਰ ਵਾਰਨੇ ਕੀਤੇ। ਭੈਣਾਂ ਨੇ ਸੇਰੇ ਪਾਏ ਜਿਨ੍ਹਾਂ ਨੂੰ ਗੱਲ ਲੱਗਣ ਦਾ ਹੱਕ ਸੀ। ਉਹ ਜਦੋਂ ਮਿਲ ਹਟੇ ਤਾਂ ਵਿਨੋਦ ਨੇ ਆਪਣੇ ਸਵਾਗਤ ਲਈ ਇੱਕ ਇੱਕ ਨੂੰ ਵੇਖਿਆ ਤੇ ਦਿਲ 'ਚ ਤਸ ਜਾਣ ਵਾਲੇ ਸ਼ੁਕਰੀਏ ਦੇ ਲਫ਼ਜ਼ ਆਖੇ ਉਸ ਵੇਲੇ ਉਹਦੀ ਅੱਖ ਵੀਣਾ ਉੱਤੇ ਪਈ ਉਹਨੂੰ ਵੀਣਾ ਦੀ ਬਦਕਿਸਮਤੀ ਦਾ ਪਤਾ ਸੀ ਵੇਖਦੇ ਅੰਸਾਰ ਉਹਦੇ ਖੇੜੇ ਉੱਤੇ ਜਿਵੇਂ ਅਚਨਚੇਤ ਕੋਈ ਬੱਦਲ ਆ ਜਾਂਦਾ ਹੈ ਉਹ ਕਾਲੀ ਨਾਲ ਵੀਣਾ ਦੇ ਕੋਲ ਗਿਆ ਵੀਣਾ ਨੇ ਅੱਗੋਂ ਹੱਥ ਜੋੜੇ ਵਿਨੋਦ ਨੇ ਦੋਵੇਂ ਹੱਥ ਫੜ ਲਏ ਤੇ ਡਾਡੀ ਦਰਦ ਨਾਲ ਕੰਬਦੀ ਆਵਾਜ਼ 'ਚ ਪੁੱਛਿਆ ਕਿਉਂ ਵੀਣਾ ਤੂੰ ਆਪਣੇ ਵੀਰੇ ਨੂੰ ਕੋਈ ਸੇਹਰਾ ਨਹੀਂ ਸੀ ਪਾਣਾ ਘਰੋਂ ਤੇ ਲਿਆਈ ਸਾਂ ਪਰ ਵੇਖਿਆ ਸੇਰੇ ਬਹੁਤ ਨੇ ਤੁਹਾਨੂੰ ਐਵੇਂ ਔਖਿਆ ਕਰਾਂਗੀ ਮਾਂਜੀ ਕੋਲ ਹੀ ਪੁਆ ਦਿੱਤਾ ਸੀ ਬੀਨਾ ਨੇ ਬੜੇ ਠਰਮੇ ਨਾਲ ਆਪਣੇ ਆਪ ਨੂੰ ਸਾਹਮਣੇ ਉੱਤਰ ਦਿੱਤਾ ਬੀਨਾ ਤੂੰ ਖੁਸ਼ ਹੈ ਮੈਂ ਆ ਗਿਆ ਤੁਹਾਡੇ ਆਉਣ ਦੀ ਖੁਸ਼ੀ ਕਿਸ ਨੂੰ ਨਹੀਂ ਬੀਨਾ ਨੇ ਉੱਤਰ ਦਿੱਤਾ ਤੇ ਵਿਨੋਦ ਨੇ ਉਹਦੇ ਹੱਥਾਂ ਉੱਤੇ ਪੋਲਾ ਜਿਹਾ ਚੁੰਮਣ ਦਿੱਤਾ ਕੁਲੀਆਂ ਨੇ ਇਸ ਬਾਬਰੇੜੀ ਤੇ ਲੱਦ ਲਿਆ ਅੱਗੇ-ਅੱਗੇ ਔਰਤਾਂ ਮਗਰ ਵਿਨੋਦ ਤੇ ਉਹਦੇ ਸਬੰਧੀ ਸਭ ਬਾਹਰ ਆਏ ਤੇ ਆਪ ਉਹ ਆਪਣੀਆਂ ਮੋਟਰਾਂ 'ਤੇ ਚੜ੍ਹ ਕੇ ਤੁਰ ਪਏ ਦੂਸਰਾ ਪਾ ਵਿਨੋਦ ਰਾਏ ਬਹਾਦਰ ਬੰਕਮਚੰਦਰ ਦਾ ਇਕਲੌਤਾ ਪੁੱਤਰ ਹੈ ਰਾਏ ਬਹਾਦਰ ਨੂੰ ਪੂਰੇ ਹੋਇਆ ਅੱਜ 10 ਬਰੇ ਹੋਣ ਲੱਗੇ ਹਨ ਪਰ ਵਿਨੋਦ ਦੀ ਮਾਂ ਬੜੀ ਸਿਆਣੀ ਇਸਤਰੀ ਹੈ ਭਾਵੇਂ ਪੁਰਾਣੇ ਖਿਆਲਾਂ ਦੀ ਪਰ ਉਹਨੇ ਆਪਣੀ ਚੌਹਾਂ ਧੀਆਂ ਨੂੰ ਚੰਗੀ ਵਿੱਦਿਆ ਦਿੱਤੀ ਵਿਨੋਦ ਨੂੰ ਵਿਲਾਇਤ ਭੇਜਿਆ ਸੀ 6 ਬਰੇ ਬਾਅਦ ਵਿਨੋਦ ਘਰ ਵਾਪਸ ਆਇਆ ਹੈ ਵਿਨੋਦ ਦੀ ਮਾਂ ਦਾ ਹਮੇਸ਼ਾ ਤੋਂ ਹੀ ਘਰ 'ਚ ਬੜਾ ਰੋਬ ਰਿਹਾ ਹੈ ਕਿਸੇ ਦੀ ਅੱਜ ਤੱਕ ਮਜਾਲ ਨਹੀਂ ਹੋਈ ਕਿ ਉਹਦਾ ਆਖਿਆ ਮੋੜ ਸਕੇ ਵਿਨੋਦ ਦੇ ਪਿੱਛੇ ਉਹਦੀ ਮਾਂ ਨੇ ਉਹਦੀ ਕੁੜਮਾਈ ਦੀਵਾਨ ਰਾਮਚੰਦਰ ਦੀ ਬੀ.ਏ. ਪੜ੍ਹਦੀ ਧੀ ਰਾਣੀ ਨਾਲ ਕਰ ਦਿੱਤੀ ਸੀ। ਕਈ ਰਿਸ਼ਤੇਦਾਰ ਸਮਝਾਉਂਦੇ ਸਨ ਕਿ ਬੁਲਾਈਤੋਂ ਹੋ ਆਉਣ ਵਾਲੇ ਮੁੰਡਿਆਂ ਦਾ ਇੰਨਾ ਭਰੋਸਾ ਠੀਕ ਨਹੀਂ। ਪਰ ਵਿਨੋਦ ਦੀ ਮਾਂ ਬੜੇ ਮਾਨ ਤੇ ਜਵੇ ਨਾਲ ਆਖਿਆ ਕਰਦੀ ਸੀ, "ਮੇਰਾ ਪੁੱਤਰ ਕੀ ਆਖ ਤੇ ਮੇਰਾ ਕਹਿਣਾ ਮੋੜਨਾ ਕੀ ਆਖ?" ਵਿਨੋਦ ਨੇ ਬੁਲਾਈਤੋਂ ਇੱਕ ਦੋ ਖਤਾਂ ਚ ਦੇਖਣ ਲਈ ਆਖਿਆ ਸੀ। ਪਰ ਜਦ ਮਾਂ ਨੇ ਬੜਾ ਹੀ ਜ਼ੋਰ ਦਿੱਤਾ ਤਾਂ ਉਹਨੇ ਪ੍ਰਵਾਨ ਕਰ ਲਿਆ। विनोदोनाथ आत्मा मम ਵਿੱਚ ਵਾਕਿਆ ਜਾ ਸਕਦਾ ਹੈ ਜਿਹੜੇ ਜਿਉਂਦੇ ਹੀ ਦੂਜਿਆਂ ਲਈ ਹਨ। विनोद ਰਾਣੀ ਨੂੰ ਵੀ ਜਾਣਦਾ ਸੀ। ਵਿਲਾਇਤ ਜਾਣ ਤੋਂ ਪਹਿਲਾਂ ਉਹ ਕਈ ਵਾਰੀ ਰਾਣੀ ਨੂੰ ਮਿਲਿਆ ਸੀ। دیਵਾਨ ਰਾਮ ਚੰਦਰ ਲਾਹੌਰ ਦੇ ਕਾਮਯਾਬ ਬੈਰਿਸਟਰ ਹਨ। ਉਹ ਆਪਣੀ ਪੁੱਤਰੀ ਦੀ ਪਰਵਾਰਿਸ਼ ਮਿਹਨਤ ਨਾਲ ਕਰ ਰਹੀ ਹਨ। विनोद ਦਾ ਰਾਣੀ ਬਾਬਤ ਪਹਿਲਾ ਖਿਆਲ ਇਹ ਸੀ ਕਿ ਉਹ ਬੜੀ ਅਮੀਰ ਤਬੀਅਤ ਕੁੜੀ ਹੈ। ਰਾਣੀ ਨੇ ਇੱਕ ਵਾਰੀ ਬੜੀ ਨਿਰਾਸ਼ਤਾ ਪ੍ਰਗਟ ਕੀਤੀ ਸੀ ਜਦੋਂ विनोद ਨੇ ਉਹਨਾਂ ਦੇ ਆਪਣੇ ਮੁੰਸ਼ੀ ਦੇ ਪੁੱਤਰ ਨਾਲ ਬੜਾ ਯਾਰਾਂ ਨਾਲ ਦੱਸਿਆ ਸੀ ਪਰ ਉਹ ਸਿਆਣੀ ਹੋ ਗਈ ਹੋएगी ਉਹ ਐਫਏ ਚੱਵਲ ਨੰਬਰ ਪਾਸ ਹੋਈ ਸੀ ਨਾਲੇ ਵਿਨੋਦ ਦੀ ਮਾਂ ਉਹਦੀਆਂ ਬੜੀਆਂ ਸਿਫਤਾਂ ਕਰਦੀ ਸੀ ਪਰ ਬੇਜੀ ਰਾਣੀ ਕਾਲਜ ਚ ਪੜਦੀ ਏ ਮੈਨੂੰ ਅੱਗੇ ਕਈ ਵਾਰ ਮਿਲ ਚੁੱਕੀ ਹੁਣ ਉਹ ਮੇਰੇ ਨਾਲ ਮੰਗੀ ਏ ਪਰ ਉਹ ਨਾ ਮਿਲਣ ਆਈ ਏ ਤੇ ਨਾ ਮੈਨੂੰ ਆਪਣੇ ਘਰ ਜਦੋਂ ਮੈਂ ਦੀਵਾਨ ਸਾਹਿਬ ਨੂੰ ਮਿਲਣ ਉਹਨਾਂ ਦੇ ਘਰ ਗਿਆ ਸੀ ਵਿਨੋਦ ਨੇ ਇੱਕ ਦਿਨ ਆਪਣੀ ਮਾਂ ਅੱਗੇ ਨਿਰਾਸ਼ਾ ਪ੍ਰਗਟ ਕੀਤੀ ਪਰ ਪੁੱਤਰ ਜੀ ਉਹ ਕਿਕਰ ਆਵੇ ਉਹਦੇ ਨਾਨਕੇ ਬੜੇ ਪਿਤਾ ਪੁਰਖੀ ਖਿਆਲਾਂ ਦੇ ਨੇ ਹੋਇਆ ਜੋ ਆਦੀ ਘਰਾਣਾ ਉਹ ਅਜੇ ਐਡੀ ਖੁੱਲ ਪਸੰਦ ਨਹੀਂ ਕਰਦੇ ਤੇਰੀ ਚਾਚੀ ਨੇ ਵੀ ਕਦੋਂ ਕੀਤੀ ਸੀ ਜਦੋਂ ਤੇਰੀਆਂ ਭੈਣਾਂ ਦਾ ਖਿਆਲ ਸੀ ਕਿ ਵਿਣਾ ਨੂੰ ਮੁੰਡਾ ਪਹਿਲਾਂ ਵਿਖਾ ਲਿਆ ਜਾਏ ਤੇਰੀ ਚਾਚੀ ਬਿਲਕੁਲ ਨਹੀਂ ਸੀ ਮੰਨੀ ਮਾਂ ਦੇ ਮੂੰਹ ਵਿਣਾ ਦਾ ਨਾਂ ਸੁਣਦੇ ਹੀ ਵਿਨੋਦ ਦਾ ਮੂੰਹ ਉਸੇ ਤਰ੍ਹਾਂ ਫਿੱਕਾ ਹੋ ਗਿਆ ਜਿਕਰ ਸਟੇਸ਼ਨ ਉੱਤੇ ਉਹਨੂੰ ਇਕੱਲੀ ਤੇ ਅਡੋਲ ਵੇਖੇ ਹੋਇਆ ਸੀ ਮਾਂ ਕੰਮ 'ਚ ਰੁੱਝੀ ਸੀ ਉਸ ਪੁੱਤਰ ਦਾ ਮੂੰਹ ਵੇਖਿਆ ਨਾ ਤੇ ਪੁੱਤਰ ਡੋਲ ਤੁਰ ਗਿਆ ਗਰਾਜ ਵਿੱਚੋਂ ਗੱਡੀ ਕੱਢ ਕੇ ਬਾਹਰ ਚਲਾ ਗਿਆ ਵਿਲਾਇਤੋਂ ਆ ਕੇ ਪਹਿਲੇ ਕੁਝ ਦਿਨ ਤੇ ਉਹ ਬੜਾ ਖੁਸ਼ ਰਿਹਾ ਸੀ ਹਰ ਮਿਲਣ ਆਉਂਦੇ ਨੂੰ ਖੁਸ਼ ਕਰਨ ਲਈ ਉਹ ਪਰਦੇਸਾਂ ਦੀਆਂ ਸੁਆਦ ਲੀਆਂ ਗੱਲਾਂ ਸੁਣਾਉਂਦਾ ਸੀ ਪਰ ਥੋੜੇ ਚਿਰ ਬਾਅਦ ਇੱਥੋਂ ਦਾ ਜੀਵਨ ਉਹਨੂੰ ਰੋਜ਼ਾਨਾ ਇੱਕੋ ਜਿਹਾ ਬੇਤਬਦੀਲੀ ਬੇਤਰਸ ਜਪਣ ਲੱਗ ਪਿਆ ਉਹ ਸਾਥੀਆਂ ਦੇ ਮੁਲਕ ਚੋਂ ਆਇਆ ਸੀ ਜਿੱਥੇ ਜਮਾਤੀ ਸਨ ਜਮਾਦਣਾ ਸਨ ਲੈਂਡ ਲੇਡੀ ਦਾ ਪਰਿਵਾਰ ਸੀ ਦੋਸਤ ਸਨ ਤੇ ਜਦੋਂ ਵੀ ਚਿਤ ਉਦਾਸ ਹੋਇਆ ਉਦੋਂ ਹੀ ਜਿਹੋ ਜਿਹਾ ਸਾਥੀ ਦਿਲ ਨੇ ਮੰਗਿਆ ਉਸੇ ਕੋਲ ਚਲਾ ਗਿਆ ਪਰ ਇੱਥੇ ਉਹ ਆਪਣੀ ਮੰਗੇਤਰ ਨਾਲ ਵੀ ਮਿਲਣੀ ਸੀ ਸਕਦਾ ਸਿਰਫ ਵੀਣਾ ਹੀ ਸੀ ਜਿਸ ਕੋਲ ਜਾ ਕੇ ਉਹਨੂੰ ਸਾਥ ਦਾ ਸਵਾਦ ਆਉਂਦਾ ਸੀ ਪਰ ਉਹ ਵਿਧਵਾ ਸੀ ਵਿਨੋਦ ਦੀ ساری ਉਮਰ ਇਹ ਤਬੀਅਤ ਰਹੀ ਸੀ ਕਿ ਉਹ ਆਪਣੇ ਸਾਥੀ ਨੂੰ ਹਸਾ ਖੜਾ ਕੇ ਖੁਸ਼ ਰੱਖਣ 'ਚ ਹੀ ਆਪਣੀ ਕਾਮਯਾਬੀ ਸਮਝਦਾ ਸੀ ਪਰ ਵੀਣਾ ਨੂੰ ਹਸਾਉਂਦਿਆਂ ਉਹਨੂੰ ਡਰ ਲੱਗਦਾ ਸੀ ਵੀਣਾ ਦਾ ਪਿਤਾ ਰਾਏ ਸਾਹਿਬ ਕਿਰਪਾ ਸਾਗਰ ਸ਼ਰੀਕੇ 'ਚੋਂ ਵਿਨੋਦ ਦਾ ਚਾਚਾ ਲੱਗਦਾ ਸੀ ਦੋਹਾਂ ਘਰਾਂ 'ਚ ਭਾਵ ਪ੍ਰੀਤ ਚੰਗੀ ਸੀ। ਵੀਣਾ ਵਿਨੋਦ ਨਾਲੋਂ 4 ਬਰੇ ਛੋਟੀ ਸੀ ਤੇ ਜਦੋਂ ਵਿਨੋਦ ਵਿਲਾਇਤ ਗਿਆ ਤਾਂ ਵੀਣਾ 14 ਬਰੇ ਦੀ ਸੀ। ਵਿਨੋਦ ਭੈਣਾ ਦਾ ਬੜਾ ਪਿਆਰਾ ਸੀ ਤੇ ਵੀਣਾ ਭਰਾ ਦੀ ਭੁੱਖੀ ਸੀ। ਮਾਤਾ ਪਿਤਾ ਦੀ ਕੋਈ ਇੱਕ ਸੰਤਾਨ ਸੀ। ਵਿਨੋਦ ਵੀ ਵੀਣਾ ਨੂੰ ਬੜਾ ਪਿਆਰ ਕਰਦਾ ਸੀ। ਸਮੇਂ-ਸਮੇਂ ਤਸਵੀਰਾਂ ਕਿਤਾਬਾਂ ਕਿਡਾਉਣੇ ਦੇ ਕੇ ਉਹਨੂੰ ਇਹੋ ਜਿਹਾ ਆਪਣਾ ਬਣਾਇਆ ਕਿ ਜਦੋਂ ਕਦੇ ਉਹ ਬਿਮਾਰ ਹੁੰਦੀ ਤਾਂ ਵੀਰ ਵਿਨੋਦ ਨੂੰ ਹੀ ਯਾਦ ਕਰਦੀ ਰਹਿੰਦੀ। ਤੇ ਜਦੋਂ ਵਿਨੋਦ ਨੂੰ ਪਤਾ ਲੱਗਦਾ ਤਾਂ ਉਹ ਵੀ ਸਾਰੀ-ਸਾਰੀ ਰਾਤ ਉਹਦੇ ਸਰਾਣੇ ਬੈਠੇ ਰਹਿੰਦਾ। ਵਿਨੋਦ ਵਿਨਾਇਕ ਬਲਾਈਤ ਚਲਾ ਗਿਆ। ਵੀਨਾ ਉਹਦੇ ਜਾਨ ਪਿੱਛੋਂ ਜਵਾਨ ਹੋਈ, ਪਿੱਛੋਂ ਹੀ ਉਸ ਬੀਏ ਪਾਸ ਕੀਤਾ, ਪਿੱਛੋਂ ਹੀ ਉਹ ਵਿਆਹੀ ਗਈ। ਉਨੇ ਦਿਨੀ ਜਦੋਂ ਵਿਨੋਦ ਦੀ ਕੁੜਮਾਈ ਹੋਈ ਸੀ, ਉਹਦੇ ਪਿੱਛੇ ਹੀ ਉਹ ਵਿਧਵਾ ਹੋ ਗਈ। ਉਹਦਾ ਪਤੀ ਮੋਟਰ ਤੇ ਹਾਦਸੇ ਨਾਲ ਬਰੇ ਦੇ ਅੰਦਰ ਹੀ ਮਰ ਗਿਆ। ਵਿਨੋਦ ਨੇ ਬੜਾ ਦਰਦ ਭਰਿਆ ਖੱਤ ਬਲਾਈਤ ਨੂੰ ਲਿਖਿਆ ਸੀ ਪਰ ਵੀਨਾ ਨੇ ਉੱਤਰ ਨਹੀਂ ਸੀ ਦਿੱਤਾ। ਉਸਦੇ ਬਾਅਦ ਸਧਾਰਨ ਖਤਾਂ ਦੇ ਉੱਤਰ ਆਉਂਦੇ ਜਾਂਦੇ ਰਹੇ ਸਨ ਅੱਜ ਜਦੋਂ ਵਿਨੋਦ ਵੀਨਾ ਦੇ ਘਰ ਗਿਆ ਤਾਂ ਉਹਦਾ ਪਿਤਾ ਵੀਨਾ ਦੇ ਕਮਰੇ 'ਚ ਬੈਠਾ ਸੀ ਵਿਨੋਦ ਨੂੰ ਆਉਂਦਿਆ ਵੇਖ ਕੇ ਹਮੇਸ਼ਾ ਵਾਂਗ ਤਪਾਕ ਨਾਲ ਮਿਲਿਆ ਤੇ ਸਹੀ ਪਰ ਉਹਦੀਆਂ ਅੱਖਾਂ ਕੁਝ ਰੁਨੀਆਂ ਸਨ ਤੇ ਉਹ ਵਿਨੋਦ ਨੂੰ ਵੀਨਾ ਕੋਲ ਛੱਡ ਕੇ ਚਲਾ ਗਿਆ ਅੱਜ ਵੀਨਾ ਵੀ ਬਹੁਤ ਉਦਾਸ ਸੀ ਵਿਨੋਦ ਕਿਸੇ ਦੀ ਉਦਾਸੀ ਨਹੀਂ ਸੀ ਸਹਾਰ ਸਕਦਾ ਦੋ ਚਾਰ ਗੱਲਾਂ ਕਰਨ ਪਿੱਛੋਂ ਨੇ ਵੀਨਾ ਦਾ ਹੱਥ ਫੜ ਲਿਆ ਵੀਨਾ ਮੈਂ ਤੈਨੂੰ ਇੱਦਾਂ ਉਦਾਸ ਨਹੀਂ ਵੇਖ ਸਕਦਾ ਇਡੇ ਵੱਡੇ ਲੋਹਾਰ ਚ ਤੂੰ ਇੱਕ ਕੁੜੀ ਜਿਹਦੇ ਕੋਲ ਆ ਕੇ ਬਹਿਣ ਨੂੰ ਮੇਰਾ ਜੀ ਕਰਦਾ ਹੈ ਜੋ ਹੋ ਗਿਆ ਸੋ ਹੋ ਗਿਆ ਹੁਣ ਕੋਈ ਵਜ੍ਹਾ ਨਹੀਂ ਕਿ ਤੂੰ ਹੱਸਣਾ ਖੇਡਣਾ ਹੀ ਛੱਡ ਦੇਵੇਂ ਚੱਲ ਅੱਜ ਤੈਨੂੰ ਸ਼ਾਲਾਮਾਰ ਬਾਗ ਲੈ ਚੱਲਾਂ ਪਰ ਉੱਥੇ ਜਾ ਕੇ ਮੇਰੀ ਉਦਾਸੀ ਘਟ ਨਹੀਂ ਸਕਣੀ ਕਿਉਂ ਨਹੀਂ ਘਟ ਸਕਣੀ ਕੀ ਹੁਣ ਵਿਨੋਦ ਵੀਰਾ ਤੈਨੂੰ ਚੰਗਾ ਨਹੀਂ ਲੱਗਦਾ ਜਾਂ ਵਿਨੋਦ ਵਿੱਚੋਂ ਖੁਸ਼ ਕਰਨ ਦੀ ਤਾਕਤ ਉੱਡ ਗਈ ਹੈ ਤੈਨੂੰ ਭੁੱਲ ਗਿਆ ਤੂੰ ਕਿੱਡੀ ਖੁਸ਼ ਮੁਰਦੀ ਹੁੰਦੀ ਸੀ ਵੀਨਾਏ ਸੁਣ ਕੇ ਬੁੱਤ ਵਾਂਗ ਵਿਨੋਦ ਦੀਆਂ ਅੱਖਾਂ 'ਚ ਟੱਕਣ ਲੱਗ ਪਈ ਕਿਉਂ ਵੀਨਾ ਤੁਹਾਡੀਆਂ ਅੱਖਾਂ 'ਚੋਂ ਮੈਨੂੰ ਹੁਣੇ ਉਹ ਸੰਗ ਮਰਮਰੀ ਤਖਤ ਲੱਭਾ ਸੀ ਜਿਹਦੇ ਉੱਤੇ ਬਿਠਾ ਕੇ ਤੁਸੀਂ ਸ਼ਾਲਾ ਮਾਰਚ ਮੇਰੀ ਤਸਵੀਰ ਖਿੱਚੀ ਸੀ ਉਹ ਤਸਵੀਰ ਮੇਰੀ ਹਨੇਰੀ ਦੁਨੀਆ ਦਾ ਇੱਕ ਮੱਧਮ ਜਿਹਾ ਚਿਰਾਗ ਹੈ ਚੱਲ ਵੀਨਾ ਫੇਰ ਚਲੀਏ ਉਹੀ ਮੈਂ ਹੁਹੀ ਤੂੰ ਹੈ ਉਹੀ ਬਾਗ ਹੋਏਗਾ ਮੈਂ ਫੇਰ ਤੇਰੀ ਉਸੇ ਤਰ੍ਹਾਂ ਤਸਵੀਰ ਖਿੱਚਾਂਗਾ ਪਰ ਉਹ ਸਮਾਂ ਨਹੀਂ ਹੋਣਾ ਵੀਨਾ ਨੇ ਆਖਿਆ ਵਿਨੋਦ ਦੌੜ ਕੇ ਚਾਚੀ ਦੇ ਕਮਰੇ 'ਚ ਗਿਆ ਉੱਥੋਂ ਛੇਤੀ ਮੁੜ ਆਇਆ ਨਾਲ ਵੀਣਾ ਦੀ ਸ਼ਾਲ ਵੀ ਲੈ ਆਇਆ ਚਲ ਵੀਣਾ ਚੱਲੀਏ ਚਾਚੀ ਜੀ ਕਹਿੰਦੇ ਨੇ ਭਾਵੇਂ ਮੈਂ ਤੈਨੂੰ ਰੋਜ਼ ਬਾਹਰ ਲੈ ਜਾਇਆ ਕਰਾਂ ਇਸ ਸੈਰ ਨੇ ਵੀਣਾ ਦੀ ਅਵਸਥਾ 'ਚ ਝੁਕਾ ਫਰਕ ਪਾ ਦਿੱਤਾ ਇਸ ਤੋਂ ਬਾਅਦ ਕਈ ਵਾਰੀ ਵਿਨੋਦ ਉਹਨੂੰ ਸ਼ਾਮੀ ਸੈਰ ਲਈ ਬਾਹਰ ਲੈ ਗਿਆ ਵੀਣਾ ਉਹਨੂੰ ਵੀਰਾ ਆਖਦੀ ਸੀ ਵਿਨੋਦ ਦਾ ਖਿਆਲ ਸੀ ਕਿ ਬਹੁਤਾ ਚਿਰ ਜ਼ਿੰਦਗੀ ਤੋ ਅਡਰੀ ਰਹਿਣ ਕਰਕੇ ਵੀਣਾ ਉਪਰੀ ਜੀ ਹੁੰਦੀ ਜਾ ਰਹੀ ਹੈ ਤੇ ਅਜੇ ਉਹਦੇ ਵਿਆਹ 'ਚ ਪੂਰਾ 1 ਮਹੀਨਾ ਬਾਕੀ ਸੀ ਇਨੇ ਚਿਰ ਤੋਂ ਵੀਣਾ ਨੂੰ ਜ਼ਿੰਦਗੀ ਦੇ ਅਖਾੜੇ 'ਚ ਮੋੜ ਕੇ ਉਹਦੇ ਸਾਹਮਣੇ ਕੋਈ ਚੰਗੀ ਤਜ਼ਵੀਜ਼ ਰੱਖ ਸਕੇਗਾ। ਤੋਂ ਇਸ ਮਨੋਰਥ 'ਚ ਕਾਫੀ ਸਫਲ ਵੀ ਹੋ ਰਿਹਾ ਸੀ ਕਿਉਂਕਿ ਵੀਣਾ ਹੁਣ ਉਸ ਬੇਕਿਰਨ ਉਦਾਸੀ ਦੇ ਮੰਡਲ 'ਚੋਂ ਨਿਕਲ ਆਈ ਸੀ। ਉਹ ਘਰ ਦੇ ਕੰਮਾਂ 'ਚ ਵੀ ਦਿਲਚਸਪੀ ਲੈਣ ਲੱਗ ਪਈ ਸੀ ਤੇ ਹੁਣ ਫੇਰ ਪੁਰਾਣਾ ਸ਼ੌਕ ਮੁਤਾਲਿਆ ਦਾ ਜਾਗ ਪਿਆ ਸੀ। ਅੱਗੇ ਉਹ ਇਕੋ ਵਹਿਣ ਚ ਪਈ ਰਹਿੰਦੀ ਸੀ ਤੇ ਹੁਣ ਉਹਨੂੰ ਫਿੱਟ ਵੀ ਪੈ ਜਾਇਆ ਕਰਦੇ ਸਨ। ਪਿਛਲੀ ਵਾਰੀ ਜਦੋਂ ਬਿਮਾਰ ਹੋਈ ਸੀ ਤਾਂ ਉਹਦੇ ਪਿਤਾ ਨੇ ਡਾਕਟਰੀ ਕਾਲਜ ਦੇ ਪ੍ਰਿੰਸੀਪਲ ਨੂੰ ਬੁਲਾ ਕੇ ਸਲਾਹ ਲਈ ਸੀ। ਉਹਦੀ ਸਲਾਹ ਦੇ ਆਧਾਰ ਉੱਤੇ ਉਸ ਦਿਨ ਪਿਤਾ ਨੇ ਵੀਨਾ ਨਾਲ ਗੱਲਬਾਤ ਕੀਤੀ ਸੀ। ਪਰ ਵਿਨੋਦ ਨੇ ਉਹਦੀਆਂ ਅੱਖਾਂ ਚੰਝੂ ਵੇਖੇ ਸਨ। ਪਰ ਜਾਪਦਾ ਇਹ ਹੀ ਸੀ ਕਿ ਵੀਨਾ ਨੇ ਡਾਕਟਰ ਦੇ ਪਿਤਾ ਦੀ ਸਲਾਹ ਪਰਵਾਣ ਨਹੀਂ ਸੀ ਕੀਤੀ। ਤਾਂ ਵੀ ਹੁਣ ਵੀਨਾ ਦੇ ਨਕਸ਼ਾ 'ਚ ਤਬਦੀਲੀ ਆ ਰਹੀ ਸੀ ਤੇ ਉਹਦੇ ਮਾਤਾ-ਪਿਤਾ ਅੱਗੇ ਨਾਲੋਂ ਬੜੇ ਪ੍ਰਸੰਨ ਜਾਪਦੇ ਸਨ। ਵੀਨਾ ਉੱਤੇ ਵਿਨੋਦ ਦਾ ਇਹੋ ਜਿਹਾ ਚੰਗਾ ਅਸਰ ਵੇਖ ਕੇ ਵੀਨਾ ਦੇ ਪਿਤਾ ਨੇ ਇੱਕ ਦਿਨ ਵਿਨੋਦ ਦੀ ਸਹਾਇਤਾ ਲੈਣੀ ਚਾਹੀ। ਵਿਨੋਦ ਮੈਂ ਇੱਕ ਨਾਜ਼ੁਕ ਗੱਲ ਤੇਰੇ ਨਾਲ ਕਰਨਾ ਚਾਹੁੰਨਾ ਕਿ ਮੈਂ ਤੇਰੇ ਵਿਸ਼ਵਾਸ ਦੀ ਮੰਗ ਕਰ ਸਕਦਾ। ਵੀਨਾ ਦੇ ਪਿਤਾ ਨੇ ਆਖਿਆ ਮੇਰੇ ਵਿਸ਼ਵਾਸ ਦੀ ਮੰਗ ਮੈਂ ਚਾਚਾ ਜੀ ਹਾਂਕਿਸਤਾ। ਵੀਨਾ ਦੇ ਪਿਤਾ ਨੇ ਵਿਨੋਦ ਨੂੰ ਗੱਲ ਨਾਲ ਲਾ ਲਿਆ। ਵਿਨੋਦ رائے ਸਾਹਿਬ ਨੇ ਆਖਿਆ ਡਾਕਟਰ ਦੀ ਇਹ رائے ਹੈ। ਜੇ ਜੱਤੀ ਵੀਣਾ ਦੀ ਜ਼ਿੰਦਗੀ 'ਚ ਕੋਈ ਦਿਲਚਸਪੀ ਨਾ ਪਾਈ ਜਾ ਸਕੇ ਇਹਦੀ ਬਿਮਾਰੀ ਵੱਧਦੀ ਜਾਏਗੀ ਮੇਰਾ ਆਪਣਾ ਯਕੀਨ ਵੀ ਇਹੀ ਹੈ ਤਦੇ ਮੈਂ ਵੀਣਾ ਨੂੰ ਲੋਕਾਂ ਦੀ ਚਰਚਾ ਦੇ ਬਾਵਜੂਦ ਵੀ ਬਾਹਰ ਲੈ ਜਾਣਾ ਭਾਵੇਂ ਮੇਰਾ ਇਹ ਕਰਨਾ ਕਈਆਂ ਨੂੰ ਅਚੰਭਾ ਜਾਪਦਾ ਹੈ ਪਰ ਇਸ ਤੋਂ ਬਿਨਾ ਮੈਂ ਵੀਣਾ ਦੀ ਜੰਮਦੀ ਜਾਂਦੀ ਆਤਮਾ ਨੂੰ ਭੰਗਾਰ ਨਹੀਂ ਸਕਦਾ ਮੇਰੇ ਕੋਲੋਂ ਤੇਰਾ ਮਨੋਰਥ ਲੁਕਿਆ ਨਹੀਂ ਰਹਿ ਸਕਦਾ ਵੀਣਾ ਦੀ ਮਾਂ ਤੇ ਮੈਂ ਦੋਵੇਂ ਤੇਰੇ ਸਦਾ ਦੇਣਦਾਰ ਰਹਾਂਗੇ ਪਰ ਤੇਰਾ ਹੋਰ 10 ਦਿਨਾਂ ਨੂੰ ਵਿਆਹ ਹੋ ਜਾਏਗਾ ਤੇ ਉਸ ਤੋਂ ਬਾਅਦ ਮੈਨੂੰ ਡਰ ਹੈ ਕਿ ਤੇਰਾ ਹੁਣ ਤੱਕ ਕੰਮ ਅਣਕੀਤੇ ਬਰਾਬਰ ਹੋ ਜਾਏਗਾ ਉਸ ਲਈ ਵੀ ਮੇਰੀ ਤਜ਼ਵੀਜ਼ ਹੈ ਵਿਨੋਦ ਨੇ ਉੱਤਰ ਦਿੱਤਾ ਮੈਂ ਹਾਲੇ ਸਿਰਫ ਵੀਣਾ ਨੂੰ ਉਦਾਸੀ ਵਿੱਚੋਂ ਕੱਢ ਕੇ ਉਸ ਮਾਨਸਿਕ ਹਾਲਤ ਵਿੱਚ ਲਿਆਉਣ ਦਾ ਯਤਨ ਕਰ ਰਿਹਾ ਜਿਸ ਵਿੱਚ ਉਹ ਆਪਣੀ ਤੇ ਤੁਹਾਡੀ ਖੁਸ਼ੀ ਦੀ ਕੀਮਤ ਕਦਰ ਪਾ ਸਕੇ ਧੰਨਵਾਦ ਚਲਦਾ